ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਤੁਹਾਡਾ ਆਪਣੇ ਹਰਮਨ ਪਿਆਰੇ ਪ੍ਰੋਗਰਾਮ ਕੁੱਤੇ ਖਾਣੀ ਦੇ ਵਿੱਚ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਆਪਣੇ ਭੈਣ ਭਰਾਵਾਂ ਨੂੰ ਦੱਸ ਦੇਵਾਂ ਕਿ ਹੈੱਡਫੋਨ ਲਾ ਲਓ, ਚੰਗੇ ਹੁੰਦੇ ਨੇ, ਕਿਉਂਕਿ ਇਹ ਜ਼ਬਾਨ ਹੈ ਇਹਦੇ ਵਿੱਚ ਹੱਡੀ ਤਾਂ ਹੁੰਦੀ ਜੀ ਫਿਸਲ ਜਾਂਦੀ ਹੈ, ਐਵੇਂ ਕਿਸੇ ਦੀ ਮਾਂ ਭੈਣ ਨੂੰ ਗਾਲ ਨਿਕਲੇਗੀ, ਇਹ ਮੈਂ ਕੱਢਣਾ ਨਹੀਂ ਚਾਹੁੰਦਾ, ਮੈਂ ਆਪਣੇ ਦਿਲੋਂ ਨਹੀਂ ਕੱਢਣਾ ਚਾਹੁੰਦਾ, ਪਰ ਫਿਰ ਵੀ ਨਿਕਲ ਜਾਂਦੀ ਹੈ। ਹਾਂਜੀ ਤੈਨੂੰ ਵੱਜੇ ਟਰੱਕ ਦੀ ਫੇਟੀ, ਤੈਨੂੰ ਕਲਰੀ ਸੱਪ ਲੜੇ। ਮੌਲਵੀ ਸਾਹਿਬ ਸੁਰਲੀਨ ਦਾ ਝੂਠਾ ਤੁਸੀਂ ਕਿੱਥੇ ਖਾ ਲਿਆ? ਉਹ ਵੀ ਮੈਨੂੰ ਕੱਲ੍ਹ ਪਰਸੋਂ ਦੀ ਇੱਦਾਂ ਹੀ ਬਦਦੁਆਵਾਂ ਦੇਈ ਜਾ ਰਹੀ ਹੈ। ਮੈਂ ਤਾਂ ਫਰੈਸ਼ੀ ਭਾਅ ਜੀ ਨੇ ਬਣਾਇਆ ਸੀ ਪੋਡਕਾਸਟ, ਅਸੀਂ ਤਾਂ ਉਹਦੇ ਵਿੱਚ ਨੋਰਮਲ ਗੱਲ ਕੀਤੀ ਹੈ। ਪਹਿਲਾਂ ਤੁਹਾਨੂੰ ਮੈਂ ਸੁਣਾਉਣਾ ਸੁਰਲੀਨ ਦਾ ਪੱਖ, ਅਤੇ ਫਿਰ ਮੈਂ ਦੱਸਦਾ ਵੀ ਅਸੀਂ ਕੀ ਗਿਆ ਸੀ ਇਸ ਪੋਡਕਾਸਟ 'ਚ। ਪਹਿਲਾਂ ਆ ਜਾਓ, ਇਹ ਪੋਡਕਾਸਟ ਵੇਖ ਕੇ ਸੁਰਲੀਨ ਨੇ ਸਾਨੂੰ ਜਵਾਬ ਦਿੱਤਾ, ਪਹਿਲਾਂ ਸੁਰਲੀਨ ਦਾ ਜਵਾਬ ਵੇਖੀਏ। ਲੈਟਸ ਚੈੱਕ ਆਊਟ। ਇੱਕ ਪੋਡਕਾਸਟ ਦੇ ਵਿੱਚ ਮੇਰੀ ਫੈਮਿਲੀ ਬਾਰੇ ਬੋਲ ਰਹੇ ਨੇ, ਮੇਰੀ ਮਾਤਾ ਅਤੇ ਮੇਰੇ ਫਾਦਰ ਬਾਰੇ, ਹੈ ਨਾ, ਅਤੇ ਉਹ ਬੜੇ ਹੱਸ ਕੇ ਅਤੇ ਦੰਦ ਕੱਢ ਕੇ ਕਹਿ ਰਿਹਾ, ਇਹਦੇ ਤਾਂ ਮਾਂ ਪਿਓ ਬਿਮਾਰ ਆ, ਇਹਦੇ ਮਾਂ ਪਾ ਠੀਕ ਹੀ ਨਹੀਂ ਹੋਏ, ਕਈ ਵਾਰੀ ਨਾ ਉੱਪਰ ਥੁੱਕੜ ਦੇ ਨਾਲ। ਬ੍ਰੇਕ, ਉਹ ਬ੍ਰੇਕ ਖੋਤੇ ਦੀ ਹੈ ਬੱਚੀਏ, ਮੂੰਹ 'ਚ ਜੋ ਵੀ ਆਈ ਬੋਲੀ ਜਾਣ ਡੀ ਹੈ, ਜਿੱਦਾਂ ਕੁਛ ਵੀ ਇਹਨਾਂ ਮੂੰਹ 'ਚ ਪਾ ਲੈਣੀ ਹੈ, ਜਿੱਦਾਂ ਜੋ ਵੀ ਇਹਨਾਂ ਮੂੰਹ 'ਚ ਬੋਲੀ ਜਾ ਰਹੀ ਹੈ। ਅਸੀਂ ਕਿੱਥੇ ਭੈਣ ਪੋਡਕਾਸਟ 'ਚ ਹੱਸ ਹੱਸ ਕੇ ਗੱਲਾਂ ਕੀਤੀਆਂ ਨੇ, ਐਵੇਂ ਜਨਤਾ ਨੂੰ ਚੂਤੀਆਂ ਬਣਾਈ ਜਾ ਰਹੀ ਵੇ। ਸਭ ਤੋਂ ਪਹਿਲਾਂ ਮੈਂ ਤਾਂ ਫਰੈਸ਼ੀ ਭਾਈ ਦਾ ਪੋਡਕਾਸਟ ਹੀ ਵੇਖੀ ਹਾਂ ਜਿੱਥੇ ਅਸੀਂ ਹੱਸ ਹੱਸ ਕੇ ਇਹ ਗੱਲਾਂ ਕਰ ਰਹੇ ਹਾਂ। ਅਤੇ ਹਾਂ ਸਰਲੀਨ, ਇਹਦੀ ਗੱਲ 'ਤੇ ਵਾਪਸ ਆਈਏ, ਹਾਂਜੀ ਭਾਅ ਜੀ, ਅਗਲਿਆਂ ਦੀਆਂ ਫੋਟੋਆਂ ਵੀ ਆਈਆਂ ਨੇ ਅਤੇ ਵੀਡੀਓਜ਼ ਵੀ ਆਈਆਂ ਨੇ, ਅਤੇ ਬਿਲਕੁਲ ਹੀ ਅੱਗ ਕੱਢ ਰਹੀਆਂ ਨੇ, ਚਿੰਗਿਆੜੀ ਫੜ ਰਹੀਆਂ ਨੇ ਬਿਲਕੁਲ ਹੀ। ਅਤੇ ਹਜੇ ਤਾਂ ਉਹਨਾਂ ਦੋਵਾਂ ਦੀ ਸੋਲੋ ਆਈ ਹੈ, ਮਤਲਬ ਕਿ ਕੋਈ ਵਿੱਚ ਮੇਲ ਆਰਟਿਸਟ ਨਹੀਂ ਹੈਗਾ, ਪਰ ਹੋ ਸਕਦਾ ਇਨ ਫਿਊਚਰ ਮੇਲ ਆਰਟਿਸਟ ਵੀ ਆਵੇ ਕੋਈ ਨਾ ਕੋਈ। ਅਤੇ ਵੀਸਾ ਮਿਲ ਰਹੇ ਨੇ, ਅਸੀਂ ਇਸ ਗੱਲ ਤੇ ਹੱਸ ਰਹੇ ਹਾਂ ਵੀ ਚੰਨੀ ਸਾਹਿਬ ਵਿਹਲੇ ਨੇ। ਹੋਰ ਕਿਹੜਾ ਕਿਹੜਾ ਬੰਦਾ ਵਿਹਲਾ ਜਿਹਨੂੰ ਪੁੱਛੋ ਇਹਨਾਂ ਦੇ ਕੋਲ? ਨਹੀਂ ਵੈਸੇ ਯਾਰ ਨਹੀਂ, ਆ ਸੁਰਲੀਨ ਨੇ ਕੀ ਕੰਮ ਫੜੇ ਨੇ? ਚਲੋ ਮਿੱਤੀ ਤਾਂ ਹੈ ਹੀ, ਇੱਦਾਂ ਦੀ ਸੀ ਸੁਰਲੀਨ। ਸੁਰਲੀਨ 'ਚ ਕਹਿੰਦੇ ਨਹੀਂ, ਮੇਰਾ ਪਾਪਾ ਬਿਮਾਰ ਹੈ, ਮੇਰੀ ਮੰਮੀ ਬਿਮਾਰ ਹੈ, ਮੇਰੀ ਕਿਸੇ ਨੇ ਮਦਦ ਨਹੀਂ ਕੀਤੀ, ਮੈਂ ਤਾਂ ਇੱਦਾਂ ਦੀ ਵੀਡੀਓ ਪਾਉਂਦੀ ਹਾਂ ਇੰਸਟਾਗ੍ਰਾਮ 'ਤੇ ਵੀ ਹੁਣ ਬੀਬੀ ਬਾਪੂ ਅਜੇ ਤੱਕ ਠੀਕ ਨਹੀਂ ਹੋਏ, ਜਿਹੜੀ ਰੀਲਾਂ ਪਾਉਂਦੀ ਸੀ ਉੱਤੋਂ ਜਿਹੜਾ ਪੈਸਾ ਆਇਆ ਹੋਣਾ। ਸੁਰਲੀਨ ਨੇ ਬੀਬੀ ਬਾਪੂ ਦਾ ਇਲਾਜ ਤਾਂ ਹੋ ਗਿਆ ਵੇ, ਗਾਣਾ ਕੱਢਿਆ ਸੁਰਲੀਨ ਨੇ ਜਿਸ ਸੁਖਜੋਤ ਸੀ, ਕਿੰਨਾ ਸੋਹਣਾ ਗਾਣਾ ਸੀ। ਹੱਸੇ ਅਸੀਂ, ਇਹਦੇ ਬਾਪੂ ਦੀ ਇੱਕ ਵਾਰੀ ਗੱਲ ਹੋਈ, ਹੱਸੇ ਅਸੀਂ, ਪਹਿਲਾਂ ਹੱਸੇ ਉਹ ਚੰਨੀ ਦੀ ਗੱਲ ਹੋ ਰਹੀ ਸੀ, ਹੱਸੇ ਅਸੀਂ, ਨਹੀਂ ਨਾ ਹੱਸੇ, ਐਵੇਂ ਝੂਠ ਮੈਨੂਪਲੇਟ ਕਰਦੇ ਨੇ ਲੋਕਾਂ ਨੂੰ। ਅੱਗੇ ਵੇਖੋ ਫਰੈਸ਼ ਭਾਅ ਜੀ, ਇੱਕ ਕੁੜੀ ਜਿਹੜੀ ਪਿੱਛੇ ਯਾਰ ਅਮਨ ਹੁੰਦਾ ਲੈ ਕੁੜੀ ਦਾ ਨਾਂ, ਜਿਹੜੀ ਅੰਜਲੀ ਅਰੋੜਾ ਵਰਗੀ ਲੱਗਦੀ ਸੇਮ, ਉਹਨੇ ਢਾਬਾ ਖੋਲਿਆ ਕੁੜੀ ਨੇ ਯਾਰ, ਉਹ ਸਿੰਗਾਪੁਰ ਤੋਂ ਆਈ ਉਹ ਹੋਟਲ ਮੈਨੇਜਮੈਂਟ ਦਾ ਕੋਰਸ ਕਰਕੇ, ਉਹਨੇ ਸਟਰੀਟ 'ਤੇ ਲਾਤੀ ਚੌਲ ਅਤੇ ਇਹਦੀ ਰਾਜਮਾਂ ਦੀ ਸਬਜ਼ੀ, ਹੈਂ, ਮਹੀਨਾ ਡੇਢ ਉਹਨੇ ਉੱਥੇ ਲਾਈ ਸੜਕ 'ਤੇ, ਹੌਲੀ ਹੌਲੀ ਉੱਥੋਂ ਡਿਵੈਲਪ ਹੋ ਗਿਆ, ਅੱਜ ਕੁੜੀ ਨੇ ਰੈਸਟੋਰੈਂਟ ਪਾਇਆ। ਬੜੀ ਗੱਲ ਹੈ ਭਾਈ ਵੈਸੇ, ਹੈ ਨਾ, ਮਤਲਬ ਕਿ ਵਧੀਆ ਗੱਲ ਹੈ ਜੇ ਇੱਦਾਂ। ਹਾਂ, ਅਤੇ ਮੇਰੇ ਕਹਿੰਦਾ ਮਤਲਬ ਫਰੈਸ਼ੀ ਭਾਅ ਜੀ ਵੀ ਜਿੰਨੇ ਕਮਾਉਣੇ ਨੇ ਨਾ ਪੈਸੇ, ਉਹ ਧਰਤੀ 'ਤੇ ਕਿਸੇ ਕੋਨੇ 'ਤੇ ਵੀ ਰਹਿ ਕੇ ਪੈਸੇ ਇਮਾਨਦਾਰੀ ਨਾਲ ਕਮਾ ਸਕਦਾ, ਪਰ ਜਿਹੜੇ ਤੁਹਾਡੇ ਸ਼ੌਂਕ ਲਾਲਚ ਨਹੀਂ ਹੁੰਦੇ ਕਿ ਮੈਂ ਜਲਦੀ ਸ਼ੋਰਟਕੱਟ 'ਚ ਇਹ ਵੀ ਹਾਸਲ ਕਰ ਲਾ, ਉਹ ਵੀ ਹਾਸਲ ਕਰ ਲਾ, ਫਿਰ ਬੰਦਾ ਗਲਤ ਰਸਤਾ ਅਪਣਾਉਂਦਾ, ਅਤੇ ਫਿਰ ਉਹ ਬਹਾਨੇ ਲੱਭਦਾ ਵੀ ਮੇਰਾ ਡੈਡੀ ਬਿਮਾਰ ਸੀ, ਮੇਰੀ ਮੰਮੀ ਬਿਮਾਰ ਸੀ, ਵੀ ਅੱਜ ਤੱਕ ਠੀਕ ਨਹੀਂ ਹੈ ਮੰਮੀ ਡੈਡੀ। ਭਾਅ ਜੀ ਪਰ ਇਹ ਕਿੰਨਾ ਟਾਈਮ ਇਹ ਚੀਜ਼ ਨਾ, ਹੱਸੇ ਅਸੀਂ, ਨਹੀਂ ਨਾ ਹੱਸੇ, ਅਤੇ ਫਿਰ ਲੋਕਾਂ ਨੂੰ ਕਿਉਂ ਬੁੰਡ ਪੰਗੇ ਕਰਨ ਡੀ ਵੀ ਮੇਰੇ ਬੇਬੇ ਬਾਪੂ ਦੀ ਗੱਲ ਕਰਕੇ ਹੱਸੇ, ਅਸੀਂ ਤਾਂ ਮੇਰੇ ਕੋਲ ਗਾਲਾਂ ਗੰਦੀਆਂ ਸੁਣੇਗੀ, ਜਦੋਂ ਤੇਰਾ ਗਾਣਾ ਨਹੀਂ ਸੀ ਆਇਆ ਅਸੀਂ ਉਦੋਂ ਵੀ ਤੇਰੀ ਸਿਫਤ ਕੀਤੀ ਸੀ। ਪਰ ਗਾਣਾ ਜਿਹੜੇ ਮੈਂ ਪਾਰਟ ਨਹੀਂ ਸੁਣਾਏ ਵਿੱਚ ਗਾਣੇ ਦੇ, ਉਹ ਗਾਣਾ ਵਾਕਈ ਬੜਾ ਸੋਹਣਾ, ਮਾਸ਼ਾਅੱਲਾ ਬਹੁਤ ਸੋਹਣਾ ਗਾਣਾ ਕੱਢਿਆ, ਕੋਈ ਸ਼ੱਕ ਨਹੀਂ। ਜਦੋਂ ਕੋਈ ਬੰਦਾ ਚੰਗਾ ਕੰਮ ਕਰਦਾ ਅਸੀਂ ਉਦੋਂ ਚੰਗਾ ਕੰਮ ਕਹਿ ਦਈਦਾ ਵੀ ਇਹ ਬੰਦਾ ਬਹੁਤ ਸੋਹਣਾ ਕੰਮ ਕਰ ਰਿਹਾ, ਜਿੱਦਾਂ ਇਹਨੇ ਗਾਣਾ ਗਾਇਆ ਬੇਬੇ ਬਾਪੂ ਜਿਹੜਾ ਵੀ ਸੀ, ਸੋਹਣਾ ਗਾਣਾ ਕੱਢਿਆ, ਸੋਹਣਾ ਕਹਿਤਾ। ਹੁਣ ਤੂੰ ਭੈਣ ਜਦੋਂ ਦੀ ਬੁੰਡ 'ਚ ਉਂਗਲਾਂ ਦੇਗੀ ਮੀਤੀ ਦੀ, ਉਹ ਤੇਰੀ ਫੁੱਦੀ 'ਚ ਉਂਗਲਾਂ ਦੇਗੇ, ਅਤੇ ਇਹਦੇ 'ਚ ਅਸੀਂ ਕੀ ਆਪਣਾ ਓਪੀਨੀਅਨ ਦੇਈਏ ਕਿ ਬਹੁਤ ਸੋਹਣੀਆਂ ਉਂਗਲਾਂ ਧੱਕ ਰਹੇ ਹੋ ਤੁਸੀਂ ਇੱਕ ਦੂਜੇ ਦੀ ਬੁੰਡ 'ਚ? ਪੇਂਡੂ ਜਨਰੇਸ਼ਨ ਹੈ ਮੋਦੀ ਜੀ ਵਿੱਚ, ਤੰਗ ਨਾ ਕਰੋ ਯਾਰ। ਅੱਛਾ ਅੱਗੇ ਗੱਲ ਸੁਣੋ। ਬੜੇ ਹੱਸ ਕੇ ਤੇ ਦੰਦ ਕੱਢ ਕੇ ਕਹਿ ਰਿਹਾ, ਇਹਦੇ ਤਾਂ ਮਾਂ ਪਿਓ ਬਿਮਾਰ ਆ, ਇਹਦੇ ਮਾਂ ਪਾ ਠੀਕ ਹੀ ਨਹੀਂ ਹੋਏ, ਕਈ ਵਾਰੀ ਨਾ ਉੱਪਰ ਥੁੱਕੜ ਦੇ ਨਾਲ ਥੁੱਕ ਆਪਦੇ ਮੂੰਹ ਦੇ ਉੱਤੇ ਪੈ ਜਾਂਦਾ, ਮੇਰੇ ਮੰਮੀ ਡੈਡੀ ਨਹੀਂ ਠੀਕ, ਮੇਰੀ ਮਾਂ ਪਿਓ ਦਾ ਹਜੇ ਵੀ ਇਲਾਜ ਚੱਲਦਾ, ਕਿਉਂਕਿ ਮੇਰੇ ਫਾਦਰ ਨੂੰ ਵੀਲਚੇਅਰ 'ਤੇ 7-8 ਸਾਲ ਹੋਣ ਵਾਲੇ ਆ, ਅਤੇ ਰੀੜ੍ਹ ਦੀ ਹੱਡੀ 'ਚ 3 ਇੰਚ ਦਾ ਗੈਪ ਆ, 74 ਈਅਰ ਦੇ ਅਤੇ ਸ਼ੂਗਰ ਦੇ ਪੇਸ਼ੈਂਟ ਨੇ, ਉਹਨਾਂ ਦੀ ਸਰਜਰੀ ਵੀ ਨਹੀਂ ਹੋ ਸਕਦੀ, ਉਹ ਉੱਤੇ ਰਹਿਣਗੇ, ਥੋੜ੍ਹਾ ਬਹੁਤ ਹੁਣ ਮਾੜਾ ਮੋਟਾ ਚੱਲਦੇ ਨੇ, ਜਿਹਦੇ ਨਾਲ ਬਸ ਉਹ ਬਾਥਰੂਮ ਜਾਏ, ਠੀਕ ਹੈ, ਕੋਈ ਸਪੀਡ ਨਹੀਂ ਉਹਨਾਂ ਦੀ ਤੁਰਨ ਦੇ ਵਿੱਚ, ਅਤੇ ਉਹ ਬੰਦਾ ਤਾਂ
ਕੀ ਕਮਾ ਕੇ ਵਿਚਾਰਾ ਕਰ ਸਕਦਾ ਤੇ ਦੂਜੀ ਗੱਲ ਮੇਰੀ ਮਦਰ ਦੀ ਪਹਿਲਾਂ ਯੂਟਰਸ ਕੱਟੀ ਸੀਗੀ ਫਿਰ ਸਾਰੇ ਟੀਥ ਕੱਢਦੇ ਆ ਦੋਨਾਂ ਅੱਖਾਂ ਦਾ ਕੈਟਰੇਟ ਹੋਇਆ ਤੇ ਹੁਣ ਬਾਈਪਾਸ ਹਾਰਟ ਸਰਜਰੀ ਹੋਈ ਸੀ ਤੇ ਹੁਣ ਇਹ ਵੀ ਪਤਾ ਹੋਊਗਾ ਕਿ ਜਿਹੜਾ ਹਾਰਟ ਸਰਜਰੀ ਵਾਲਾ ਬੰਦਾ ਹੁੰਦਾ ਉਹਦੀ ਵੀ ਲਾਈਫ ਟਾਈਮ ਵਾਸਤੇ ਕਦੇ ਮੈਡੀਸਨ ਬੰਦ ਨਹੀਂ ਹੁੰਦੀ ਹਰੇਕ 2-3 ਮਹੀਨੇ ਬਾਅਦ ਉਹਦੇ ECG ਈਕੋ ਜੇ ਉਹ ਸਾਰੇ ਹਾਰਟ ਦੇ ਟੈਸਟ ਹੁੰਦੇ ਰਹਿੰਦੇ ਨੇ ਕਿ ਉਹਦੀ ਹਾਰਟ ਸਹੀ ਚੱਲ ਰਿਹਾ ਕਿ ਨਹੀਂ ਚੱਲ ਰਿਹਾ ਠੀਕ ਹੈ ਤਾਂ ਕਿਸੇ ਦੇ ਮਾਂ ਪਿਓ ਦਾ ਬਿਮਾਰੀਆਂ ਦਾ ਮਜ਼ਾਕ ਉਡਾਉਣ ਲੱਗੇ 100 ਵਾਰ ਸੋਚਿਆ ਕਰੋ ਕਈ ਵਾਰੀ ਰੱਬ ਵੱਟ ਕੇ ਮਾਰਦਾ ਹੁੰਦਾ ਮੂੰਹ ਦੇ ਉੱਤੇ ਚਪੇੜ ਤੁਸੀਂ ਮੇਰੀ ਕੋਈ ਹੈਲਪ ਨਹੀਂ ਨਾ ਕਰ ਕਈ ਵਾਰੀ ਬੰਦਾ ਰੱਖ ਕੇ ਚਪੇੜ ਮਾਰ ਰੱਬ ਰੱਖ ਕੇ ਚਪੇੜ ਮਾਰਦਾ ਤੂੰ ਸੋਚ ਆਪ ਜਿਹੜੀ ਤੈਨੂੰ ਵਕਤ ਦੀ ਮਾਰ ਪੈ ਰਹੀ ਹੈ ਤੈਨੂੰ ਦਰ ਦਰ ਤੇ ਬੁੰਡ ਦੇਣ ਵਾਸਤੇ ਮਜਬੂਰ ਕਰਤਾ ਰੱਬ ਨੇ ਸੋਚ ਕਿਹੜਾ ਐਸਾ ਤੂੰ ਪੁੱਠਾ ਕੰਮ ਕੀਤਾ ਹੈਗਾ ਕਿਸੇ ਨਾਲ ਜਿਹੜਾ ਤੈਨੂੰ ਅਜੇ ਦਿਨ ਦੇਖਣੇ ਪੈ ਰਹੇ ਨੇ ਕਦੇ ਰੀਅਲਾਈਜ਼ ਕੀਤਾ ਆਪ ਆ ਜਾਂਦੀ ਇੱਥੇ ਬਗਵੇਸ਼ਵਰ ਧਾਮ ਬਣ ਕੇ ਤੈਨੂੰ ਰੱਬ ਵੇਖੇਗਾ ਰੱਬ ਤੈਨੂੰ ਚਪੇੜਾ ਮਾਰੇਗਾ ਰੱਬ ਤੇਰਾ ਤੁਸੀਂ ਸੋਚੋ ਤੁਹਾਡੀ ਜਿਹੜੀ ਅੱਜ ਦਰ ਦਰ ਤੇ ਕੁੱਤੇ ਖਣੀ ਹੋ ਰਹੀ ਹੈ ਦਰ ਦਰ ਤੇ ਤੁਹਾਨੂੰ ਭੈਣ ਜਦੋਂ ਕੁੱਤੀਆਂ ਹਰਾਮ ਦੀਆਂ ਗਸ਼ਤੀਆਂ ਲਫੰਡਰਾ ਕਿਹਾ ਜਾ ਰਿਹਾ ਤੈਨੂੰ ਕਮੈਂਟਾਂ 'ਚ ਉਹ ਤੁਸੀਂ ਕਿਹੜੇ ਪਿਛਲੇ ਜਨਮ 'ਚ ਮਾੜਾ ਕੰਮ ਕੀਤਾ ਜਿਹੜੀ ਤੁਹਾਨੂੰ ਇਸ ਜਨਮ ਦੇ ਵਿੱਚ ਬੁੱਢੇ ਮਾਂ ਪਿਓ ਉਹ ਵਿਚਾਰੇ ਮਿਲੇ ਨੇ ਚਲੋ ਰੱਬ ਉਹਨਾਂ ਦੀ ਲੰਬੀ ਉਮਰ ਕਰੇ ਪਰ ਸੋਚਿਆ ਕਦੀ ਵੀ ਸ਼ਾਇਦ ਮੈਂ ਆਹ ਕੰਮ ਛੱਡ ਹੀ ਦੇਵਾਂ ਯਾਰ ਲੋਕਾਂ ਦੇ ਧੀ ਪੁੱਤ ਵਿਗਾੜਨ ਨਾਲ ਇਹ ਪਤਾ ਕਿੱਦਾਂ ਮਾਰ ਪੈਂਦੀ ਵੀ ਜਦੋਂ ਕਿਸੇ ਦੇ ਧੀ ਪੁੱਤ ਵਿਗਾੜੋ ਨਾ ਉਹਨਾਂ ਨੂੰ ਭੈਣ 'ਚ ਦੱਸੋ ਨਾ ਕਿ ਬੁੰਡ ਦੇਣ ਨਾਲ ਈਜ਼ੀ ਮਨੀ ਆਉਂਦੀ ਹੈ ਫਿਰ ਰੱਬ ਇੱਦਾਂ ਹੀ ਬਿਮਾਰੀਆਂ ਘਰ 'ਚ ਭੇਜਦਾ ਵੀ ਆਰਾਮ ਦਿਓ ਉੱਤੋਂ ਕਾਲੀ ਉਹ ਬੁੰਡ ਕਾਲੀ ਬੁੰਡ ਵਾਲੀ ਮਿੱਤੀ ਵੇਖ ਕੀ ਕਰ ਰਹੀ ਕਮੈਂਟ ਕਰਕੇ ਨਾ ਇਹਦੀ ਵੀਡੀਓ ਥੱਲੇ ਫਰੈਸ਼ੀ ਨੂੰ ਕਹਿੰਦੀ ਹੈ ਤੁਹਾਨੂੰ ਕਿੰਨੇ ਹੱਕ ਦਿੱਤੇ ਆ ਕਿਸੇ ਦੇ ਮਾਂ ਪਿਓ ਉੱਤੇ ਅਟੈਕ ਕਰਨ ਦਾ ਕੱਢੀ ਅਸੀਂ ਉਹਦੀ ਮਾਂ ਦੀਆਂ ਵਾਲੀਆਂ ਖੋਲੀਆਂ ਨੇ ਨਾ ਅਟੈਕ ਕੀਤਾ ਗੱਲ ਵੈਸੇ ਕੀਤੀ ਵੀ ਅਜੇ ਤੱਕ ਅਤੇ ਸਾਨੂੰ ਕਿੱਦਾਂ ਪਤਾ ਲੱਗਾ ਵੀ ਜਿਹੜੀ ਸੁਰਲੀਨ ਅਤੇ ਉਹਦੀ ਮੰਮੀ ਡੈਡੀ ਬਿਮਾਰ ਸਾਨੂੰ ਕੁਝ ਸੁਪਨਾ ਆਉਣਾ ਭੈਣ 'ਚ ਆਪੇ ਦੱਸਦੀ ਸਾਡੀ ਢਿੱਡ ਨਾ ਚੱਕੇ ਕੱਪੜਾ ਉੱਤੋਂ ਤਾਂ ਨਾ ਨੰਗਾ ਹੋਵੇ ਆਪੇ ਪਹਿਲਾਂ ਦੱਸਦੇ ਨੇ ਅਸੀਂ ਤਾਂ ਬੁੰਡ ਮਰਾਈ ਦੀ ਕਿਉਂਕਿ ਸਾਡੇ ਘਰ ਗਰੀਬੀ ਹੈ ਅਤੇ ਜੇ ਗਰੀਬੀ ਬੰਦੇ ਕਿਹੜੇ ਪੁੱਛ ਲਏ ਤਾਂ ਗਰੀਬੀ ਦੂਰ ਨਹੀਂ ਹੋਈ ਇੰਨੀ ਤੁਸੀਂ ਸੋਸ਼ਲ ਮੀਡੀਆ 'ਤੇ ਵੀ ਪੰਡਤਾਂ ਦੀਆਂ ਮਸ਼ਹੂਰੀਆਂ ਕਰਦੀ ਤੂੰ ਫਿਰ ਮੀਤੀ ਨਾਲ ਹੁਣ ਇੱਕ ਦੂਜੇ ਦੀ ਮੈਂ ਫਿਰ ਕੀ ਕਹਾਂ ਫੁੱਦੀ ਚੁੰਗਲ ਦੇਣ ਲੱਗ ਪਈ ਮੈਂ ਇੱਕ ਸਵਾਲ ਪੁੱਛਿਆ ਵੀ ਠੀਕ ਨਹੀਂ ਹੋਈ ਜੇ ਤੱਕ ਇੰਨਾ ਤਾਂ ਪੈਸਾ ਵੇ ਮੀਤੀ ਤਾਂ ਕਹਿੰਦੀ ਹੁੰਦੀ ਮੈਂ 75,000 ਕਮਾ ਲਿਆ ਮੇਰੇ ਕੋਲ 1,00,000 ਵੇ ਮੇਰੀ ਉਸੇ ਜਿਉਣ ਦੇ ਕਦੀ ਸੋਚ ਤੈਨੂੰ ਕਤੂੰ ਮਾਰ ਪੈ ਰਹੀ ਹੈ ਇਹ ਸੋਚ ਤੂੰ ਵੀ ਤੇਰੇ ਮਾਂ ਬਾਪ ਕਿਉਂ ਬਿਮਾਰੀਆਂ ਦੇ ਵਿੱਚ ਜਿਹੜਾ ਤੂੰ ਕਮਾ ਰਹੀ ਉਹ ਬਿਮਾਰੀਆਂ 'ਚ ਕਿਉਂ ਪੈਸਾ ਲੱਗ ਰਿਹਾ ਕਿਉਂਕਿ ਹਰਾਮ ਦਾ ਪੈਸਾ ਹਲਾਲ ਦਾ ਹੁੰਦਾ ਨਾ ਅਤੇ ਹੁਣ ਤੱਕ ਤੇਰੇ ਮਾਂ ਬਾਪ ਨੇ ਵੀ ਠੀਕ ਹੋ ਜਾਣਾ ਸੀ ਪਰ ਜਿਹੜੀ ਹਰਾਮ ਦੀ ਕਮਾਈ ਹੁੰਦੀ ਨਾ ਇਹ ਇੱਕ ਹੱਥ ਫੜੋ ਦੂਜੇ ਹੱਥ ਨਿਕਲਦੀ ਰਹਿੰਦੀ ਹੈ ਤਾਂ ਮਿੱਟੀ 'ਤੇ ਤਾਂ ਦੁਗਣੇ ਤਿਗਣੇ ਹੋ ਕੇ ਨਿਕਲ ਲੈਣੇ ਛੱਡੋ ਗੱਲਾਂ ਔਰ ਯੇ ਮੋਦੀ ਕੀ ਗਾਰੰਟੀ ਹੈ ਨਹੀਂ ਮੋਦੀ ਜੀ ਆਪਾਂ ਨਹੀਂ ਬਦਵਾਵਾਂ ਕਿਸੇ ਨੂੰ ਦੇਣੀ ਆਪੇ ਰੱਬ ਵੇਖੇਗਾ ਅਤੇ ਹੁਣ ਵੱਧਦੇ ਆ ਜੀ ਅਗਲੇ ਟੋਪਿਕ ਵੱਲ ਮਾਫ਼ ਕਰਨਾ ਉਸਤਾਦ ਜੀ ਪਰ ਤੁਹਾਨੂੰ ਵਾਕਿਆ ਨਹੀਂ ਪਤਾ ਡੰਡਾ ਕਿੱਦਾਂ ਡੁੱਕੀ ਦਾ ਤੁਸੀਂ ਇੱਕ ਨੰਬਰ ਦੇ ਸ਼ਲਾਰੂ ਹੋ ਜੇ ਤੱਕ ਤੁਹਾਨੂੰ ਦੀਨ ਦੁਨੀਆਂ ਦਾ ਛਿੱਕੋ ਨਹੀਂ ਪਤਾ ਵੀ ਇਹ ਤੁਹਾਨੂੰ ਅਜੇ ਤੱਕ ਇਹ ਨਹੀਂ ਪਤਾ ਲੱਗਾ ਵੀ ਇੱਕ ਮੇਰੇ ਫੈਨ ਦਾ ਮੈਨੂੰ ਜਦੋਂ ਮੈਸੇਜ ਆਵੇ ਉਹਨੂੰ ਮੈਂ ਜਵਾਬ ਕਿੱਦਾਂ ਦੇਣਾ ਇਹਨੂੰ ਮੈਂ ਐਜ਼ ਏ ਫੈਨ ਇਹਨੂੰ ਮੈਂ ਮੈਸੇਜ ਕੀਤਾ ਕਿਉਂਕਿ ਮੈਂ ਇਹਦੀਆਂ ਵੀਡੀਓ ਵੇਖੀ ਨਾ ਇੰਸਟਾਗ੍ਰਾਮ 'ਤੇ ਆਹ ਵੇਖੋ ਤੁਸੀਂ ਭਾਜੀ ਡਾਟ ਲੈ ਕੇ ਜਾਣ ਜਿਹੜੇ ਮੈਂ ਕਿਹਾ ਭੈਣ ਜਿਹੜਾ ਬੰਦਾ ਸ਼ਰੇਆਮ ਯਾਰ ਸਰਕਾਰ ਨੇ ਐਲਾਨ ਕੀਤਾ ਹੋਇਆ ਵੀ ਹਥਿਆਰਾਂ ਦੀ ਨੁਮਾਇਸ਼ ਨਹੀਂ ਕਰਨੀ ਜਿਹੜਾ ਬੰਦਾ ਪਾਬੰਦੀਆਂ ਲੱਗਣ ਦੇ ਬਾਵਜੂਦ ਵੀ ਡਾਟ ਲੈ ਕੇ ਜਾਵੇ ਮੈਂ ਕਿਹਾ ਕੋਈ ਤਕੜਾ ਬੰਦਾ ਹੋਣਾ ਵੇ MLA ਦੇ ਨਾਲ ਇਹਦੀਆਂ ਤਸਵੀਰਾਂ MLA ਨਾਲ ਇਹਦੀ ਉੱਠਣੀ ਬੈਣੀ ਚੌਟਾਲਾ ਸਾਹਿਬ ਹਰਿਆਣੇ ਦੇ ਸਮਝੇ ਗੱਲ ਮੈਂ ਕਿਹਾ ਬਹੁਤ ਤਕੜਾ ਬੰਦਾ ਹੋਣਾ ਭਰਾਵਾ ਇਹ ਤਸਵੀਰੇ ਦਿਖਾ ਕਰ ਕਿਆ ਸਾਬਿਤ ਕਰਨਾ ਚਾਹਤਾ ਹੈ ਤੂੰ ਕਿਆ ਸਾਬਿਤ ਕਰਨਾ ਚਾਹਤਾ ਹੈ ਤੂੰ ਗੱਲ ਛੱਡ ਸੁਖ ਭਾਜੀ ਗੱਲ ਤੇ ਸੋਲਾ ਯਾਰ ਜਿੱਦਾਂ ਕਿਤੇ ਸ਼ੁਰੂਆਤ ਹੋਈ ਹੈ ਆ ਵੇਖੋ ਮੈਂ ਭਾਜੀ ਦੀ ਫਿਰ ਇੱਕ ਹੋਰ ਰੀਲ ਵੇਖੀ ਆ ਜਿਹੜੀ ਤੇਰੇ ਸਟੇਟਸ ਵੇਖ ਕੇ ਕਦੇ ਕਦੇ ਮੈਨੂੰ ਹਾਸਾ ਆ ਜਾਂਦਾ ਹੈ ਤੇ ਕਿਉਂ ਆ ਚੱਦਾ ਪਤਾ ਹੈ ਕਿਉਂ ਹਾਂ ਤੇਰੇ ਪਾਏ ਹੋਏ ਸਟੇਟਸ ਹਾਂ ਹੋਰ ਕੋਈ ਕਰਨੀ ਸੀ ਇਹਨੂੰ ਲੱਗਾ ਵੀ ਹਰੇ ਕੋਈ ਕਹੇਗਾ ਮੰਤਰੀਆਂ ਦੇ ਖਿਲਾਫ ਬੋਲੋ ਕੋਈ ਖਾਲਿਸਤਾਨ ਦੇ ਇਹਦੇ ਵਿੱਚ ਮੂੰਹ ਉਤਰ ਗਿਆ ਕਹਿੰਦਾ ਚੱਲ ਆਪਣਾ ਗਿਆਨ ਆਪਣੇ ਕੋਲ ਰੱਖ ਉਹ ਮੈਂ ਤਾਂ ਤੈਨੂੰ ਕਹਿਣਾ ਸੀ ਭਰਾਵਾ ਇੱਕ ਮੁੰਡਾ ਵਿਚਾਰਾ ਆਇਆ ਮੈਂ ਫਿਰ ਗੱਲ ਵਿੱਚ ਭੁੱਲ ਗਿਆ ਜਿਹੜਾ ਤਗਮੇ ਜਿੱਤ ਗਿਆ ਯਾਰ ਮੈਡਲ ਜਿਹਨੇ ਪੰਜਾਬ ਵਾਸਤੇ ਮੈਡਲ ਜਿੱਤੇ ਨੇ ਇੰਡੀਆ ਵਾਸਤੇ ਉਹਨੂੰ ਵਿਚਾਰੇ ਨੂੰ ਕੋਈ ਰਿਸੀਵ ਕਰਨ ਨਹੀਂ ਗਿਆ ਤੇ ਇੱਧਰ ਲੁੱਲੀ ਬਦਮਾਸ਼ਾਂ ਦਾ ਹਾਲ ਵੇਖ ਲਓ ਜਿਹਨੂੰ ਘਰ ਵਿੱਚ ਦੂਜੀ ਵਾਰੀ ਰੋਟੀ ਮੰਗਣ ਤੇ ਭਾਵੇਂ ਡਾਂਗ ਵਰਦੀ ਨਾ ਉਹ ਬੰਦੇ ਨੂੰ ਮੰਗਾ ਉਹ ਬੰਦੇ ਨੂੰ ਸੱਦ ਕੇ ਤੇ ਰੀਵਨ ਕਟਾ ਰਹੇ ਨੇ ਵੇਖ ਲਓ ਲੈ
ਸਭ ਤੋਂ ਪਹਿਲਾਂ ਤਾਂ ਬੰਦਾ ਸ਼ੋਰੂਮ ਵਾਲਿਆਂ ਦੇ ਬੋਂਡ 'ਚ ਡਾਂਗ ਦੇਵੇ ਵੀ ਹੈਰਾਨ ਗਿਆ, ਤੈਨੂੰ ਕੋਈ ਹੋਰ ਬੰਦਾ ਲੱਭਾ ਨਹੀਂ ਆ, ਇਹਦੇ ਨਾਲ ਚੰਗਾ ਤਾਂ ਆਪਣੇ ਮਾਂ ਬਾਪ ਮਾਂ ਬਾਪ ਕੋਲ ਰੀਵੜ ਕਟਾਲਾ ਵੀ ਹਰਾਮ ਦਿਆ। ਤੂੰ ਦੱਸ ਆਪ ਆਪਣੇ ਸੋਚ, ਜਿਹੜੇ ਬੰਦੇ ਮਿਹਨਤ ਕਰਦੇ ਨੇ ਉਹਨਾਂ ਨੂੰ ਮੰਗਾਉਣਾ ਚਾਹੀਦਾ, ਜਿਹੜੇ ਵਿਹਲੜ ਨੇ ਭੈਣ ਚੋਦੇ ਐਨਕਾਂ ਲਾ ਕੇ ਸਾਰੀ ਦਿਹਾੜੀ ਨਾਗਣੀ। ਹਲ ਆਹ ਵੇਖੋ ਇਹਨਾਂ ਦੇ ਹਾਲ, ਤੈਨੂੰ ਦਹਾਵਾਂ ਇੱਥੇ ਕਿਤੇ ਨਾਗਣੀ ਖਾ ਰਿਹਾ ਸੀ। ਹਲ ਨਸ਼ੇ ਖਾਣ ਵਾਲੇ ਨੂੰ ਕਬੱਡੀ ਟੂਰਨਾਮੈਂਟਾਂ ਦੇ ਵਿੱਚ ਇਨਾਮ ਦੇਣ ਵਾਸਤੇ ਮੰਗਾਇਆ ਜਾ ਰਿਹਾ ਕਿ ਭੈਣ ਜਿਹੜੇ ਖਿਡਾਰੀਆਂ ਨੂੰ ਕੀ ਕਹਿੰਦਾ ਨਸ਼ਾ ਨਾ ਕਰੋ, ਇਹ ਆਪ ਕਰਦਾ ਫੁੱਦੂ। ਵੇਖੋ ਵੀ ਸਾਡੇ ਬੰਦਿਆਂ ਨੂੰ ਪਤਾ ਹੀ ਨਹੀਂ ਆਇਆ ਵੀ ਸਾਡਾ ਹੀਰੋ ਹੈ ਕੌਣ ਤੇ ਕਿਹੜਾ ਨਹੀਂ ਹੈ। ਭੱਜਣ ਵਾਲੇ ਨੂੰ ਧਰਤੀ ਚਾਹੀਦੀ ਹੁੰਦੀ ਆ ਤੇ ਉੱਡਣ ਵਾਲੇ ਨੂੰ ਅਸਮਾਨ। ਮਰਦਾਂ ਦੀਆਂ ਰੀਲਾਂ ਦੇ ਉੱਤੇ ਲਿਪਸਿੰਗ ਕਰਦਾ ਤੂੰ ਸੋਹਣਾ ਨਹੀਂ ਲੱਗਦਾ। ਜਿਹੜੇ ਬੰਦੇ ਦੀ ਪੰਜਾਬ ਦੇ ਹੱਕ ਵਿੱਚ ਖੜਨ ਕਰਕੇ, ਪੰਜਾਬ ਦੇ ਹੱਕ 'ਚ ਖੜਨ ਦਾ ਮਤਲਬ ਇਹ ਨਹੀਂ, ਮੈਂ ਪਹਿਲਾਂ ਵੀ 70 ਵਾਰੀ ਕਹਿਤਾ ਵੀ ਖਾਲਿਸਤਾਨ ਬਾਰੇ ਬੋਲਣਾ, ਕਿਸੇ ਮੰਤਰੀ ਨੂੰ ਮਾੜਾ ਬੋਲਣਾ, ਪੰਜਾਬ ਦਾ ਹੱਕ 'ਚ ਖੜਨ ਦਾ ਮਤਲਬ ਇਹ ਵੇ ਕਿ ਭੈਣ 'ਚ ਕੋਈ ਕਿਸੇ ਨਾਲ ਵੱਧ ਵਧੀਕਾ ਹੋਇਆ ਉੱਥੇ ਬੰਦਾ ਕਹਿ ਦਿੰਦਾ ਯਾਰ ਹੈਸ਼ਟੈਗ ਪਾ ਦਿਓ। ਉੱਦਾਂ ਤੁਸੀਂ ਸਿੱਧੂ ਮੂਸੇਵਾਲੇ ਦੇ ਗਾਣਿਆਂ ਦੇ ਉੱਤੇ ਰੀਲਾਂ ਬਣਾ ਕੇ ਲੱਖਾਂ ਕਰੋੜਾਂ ਫੋਲੋਵਰ ਵੀ ਕਮਾ ਲਏ ਅਤੇ ਪੈਸੇ ਵੀ ਕਮਾ ਲਏ। ਕਿੱਥੇ ਤੇਰਾ ਡੋਗਰੀ? ਹੁਣ ਇਹ ਬੰਦਾ ਇਹਨਾਂ ਨੂੰ ਮੈਸੇਜ ਕਰਕੇ ਕਹੇ ਨਾ ਭਾਅ ਜੀ ਸਿੱਧੂ ਮੂਸੇਵਾਲੇ ਦੇ ਹੱਕ 'ਚ ਕਹੋ ਹਾਂ ਮਾੜਾ ਜਿਹਾ ਵੀ ਹੈਸ਼ਟੈਗ ਪਾ ਦਿਓ, ਟਵਿੱਟਰ 'ਤੇ ਕੋਈ ਭਗਵੰਤ ਮਾਨ ਨੂੰ ਟੈਗ ਕਰੋ, ਕੋਈ ਮਾਨਸਾ ਪੁਲਿਸ ਨੂੰ ਟੈਗ ਕਰੋ, ਟੱਟੀ ਨਿਕਲ ਜਾਣੀ ਤੇਰੀ ਵਿੱਚ ਟੱਟੀ। ਫੁੱਦੂ ਜਾਂ ਰੀਲਾਂ ਨਾ ਬਣਾਇਆ ਕਰ, ਤੇਰੀ ਪਰਸਨੈਲਿਟੀ ਨੂੰ ਸੂਟ ਨਹੀਂ ਕਰਦੀਆਂ। ਤੂੰ ਤਾਂ ਡਰ ਗਿਆ ਭਾਅ ਜੀ, ਇੱਕ ਮੈਸੇਜ ਵੇਖ ਕੇ ਤੈਨੂੰ ਤਾਂ ਮੈਂ ਵੈਸੇ ਕਹਿਣਾ ਵੀ ਆਹ ਅਸੀਂ ਪਲੇਅਰ ਦੀ ਸਪੋਰਟ ਕਰੀਏ, ਜਿਹੜੇ ਵੀ ਭਰਾ ਮੇਰੇ ਵੇਖ ਰਹੇ ਨੇ ਜਿੱਥੇ ਦਾ ਵੀ ਜਿੱਥੇ ਦਾ ਵੀ ਇਹ ਖਿਡਾਰੀ ਹੈ, ਭਰਾ ਆਪਣੇ ਨੰਬਰ ਦਿਓ, ਅਸੀਂ ਭਰਾ ਦੀ ਮਦਦ ਕਰਾਂਗੇ, ਅਸੀਂ ਕੋਈ ਗੱਲ ਨਹੀਂ। ਜੇ ਸਰਕਾਰਾਂ ਨਕੰਮੀਆਂ ਨੇ ਤਾਂ ਮਤਲਬ ਅਸੀਂ ਥੋੜ੍ਹਾ ਨਕੰਮੇ ਹਾਂ? ਇਹ ਤਾਂ ਭੈਣ 'ਚੋਂ ਹੱਗਣ ਵਾਲੇ ਨੇ ਬੰਦੇ, ਰੀਲਾਂ ਬਣਾਉਣਗੇ, ਬਦਮਾਸ਼ੀ ਲਿਆ ਚੱਕ ਦਾਂਗੇ ਪਾੜ ਦਾਂਗੇ। ਅੱਜ ਤੱਕ ਜਿਨ੍ਹਾਂ ਜਿਨ੍ਹਾਂ ਨੇ ਵੀ ਸਿੱਧੂ ਮੂਸੇਵਾਲੇ ਦੇ ਨਾਂ ਦੇ ਉੱਤੇ ਰੀਲਾਂ ਬਣਾਈਆਂ, ਕਿਸੇ ਨੇ ਕਿਹਾ ਵੀ ਇਹਦੇ 'ਚ ਕਿਹਨਾਂ ਦਾ ਕਸੂਰ ਸੀ? ਲੋਰੈਂਸ ਹੋਰਾਂ ਨੇ ਬੰਦਾ ਮਾਰਿਆ, ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ, ਭਗਵੰਤ ਮਾਨ ਨੂੰ ਠੈਕ ਕਰੋ। ਇਹਨਾਂ ਦਾ ਲੋਰੈਂਸ ਦੇ ਨਾਲ ਲੈਣ ਕਰਕੇ ਇਹਨਾਂ ਦੀ ਬੁੰਡ, ਮੈਂ ਕੀ ਕਹਾਂ ਹੁਣ, ਟੱਟੀ ਟੱਟੀ ਨਿਕਲ ਜਾਂਦੀ ਇਹਨਾਂ ਦੀ ਵਿੱਚ, ਟੱਟੀ ਮੂਤਰ ਨਿਕਲ ਜਾਂਦਾ ਭੈਣ ਚੋਂ ਨਾ ਸੁਣ ਕੇ। ਸਹੀ ਕਹਿੰਦਾ ਉਹ ਮੇਜਰ ਖਾਲਿਸਤਾਨੀ ਨਾ ਲੋਰੈਂਸ ਬਿਸ਼ਨੋਈ ਤੋਂ ਬਾਰਡਰ ਨੇ। ਹੁਣ ਕਈ ਮੇਰੇ ਵਿਦਵਾਨ ਭਰਾ ਕਹਿਣਗੇ ਤੇ ਖਾਲਿਸਤਾਨੀਆਂ ਨੂੰ ਕਹਿ ਰਿਹਾ, ਕਿਹੜਾ ਸਿੱਖਾਂ ਨੂੰ ਕਹਿ ਰਿਹਾ? ਜਿਹੜੇ ਫੁੱਦੂ ਇਦਾਂ ਸੋਚਦੇ ਨੇ ਨਾ ਕਿ ਖਾਲਿਸਤਾਨੀਆਂ ਨੂੰ ਕਹਿ ਰਹੇ, ਸਿੱਖਾਂ ਨੂੰ ਨਹੀਂ ਕਹਿ ਰਹੇ, ਉਹਨਾਂ ਨੂੰ ਇਹ ਕਲਿੱਪ ਜ਼ਰੂਰ ਦਿਖਾਇਓ। ਕਹਿ ਕਹਿ ਕੇ ਬਦਲਾ ਲੈਂਦਾ ਮੈਨੂੰ ਪੰਜਾਬ ਕਹਿੰਦੇ ਆ, ਦਿੱਲੀ ਵੀ ਨਾਪ ਲੈਂਦਾ ਮੈਨੂੰ ਪੰਜਾਬ। ਦਿੱਲੀ ਕਦ ਨਾਪ ਲਈ ਤੂੰੇ ਯਾਰ? ਕਹਿਣਾ ਨਹੀਂ ਚਾਹੀਏ ਸਿੱਧੂ ਮੂਸੇਵਾਲੇ ਕੋਲ ਠੁੱਕ ਦਿਆ, ਲੇਕਿਨ ਦਿੱਲੀ ਕਦ ਨਾਪ ਦੀ? ਝੂਠ ਕਿਉਂ ਬੋਲਦੇ ਹੋ ਆਪਸ ਮੈਂ? ਦਿੱਲੀ ਵੀ ਨਾਪ ਲੈਂਦਾ ਫਲਾਨਾ ਪੰਜਾਬ ਨੇ ਬਦਲਾ ਲੈਂਦਾ, ਉਹ ਬੇਵਕੂਫ ਹੋ। ਦਿੱਲੀ ਜਿੱਤਾਂ ਦਾ ਦਾਵਾ ਕੌਣ ਕਰਦੇ ਨੇ? ਖਾਲਿਸਤਾਨੀ ਕਰਦੇ ਨੇ ਕਿ ਸਿੱਖ ਕਰਦੇ ਨੇ? ਇਹ ਸਵਾਲ ਆਪਣੇ ਦਿਲ ਕੋਲ ਜ਼ਰੂਰ ਪੁੱਛਿਓ ਤੇ ਤੁਹਾਡੇ ਦਿਲ ਨੇ ਵੱਟ ਕੇ ਚਪੇੜ ਮਾਰਨੀ ਵੀ ਕਿੱਦਾਂ ਤੁਸੀਂ ਸਿੱਟੇ ਫਿਰਦੇ ਹੋ। ਜਦੋਂ ਭੈਣ 'ਚ ਸਾਡੇ ਹੀਰੋ ਇੱਦਾਂ ਦੇ ਹੋਣੇ ਨੇ ਚਵਲ ਜੇ, ਇਹ ਵੇਖੋ ਫੋਟੋਆਂ ਵੇ, ਫੋਟੋਆਂ ਵੇਖੋ ਕਿੱਦਾਂ ਖਿਚਾ ਰਹੇ ਨੇ। ਇਹਨਾਂ ਨੂੰ ਫੜੋ, ਜਿਹੜੇ ਫੋਟੋਆਂ ਖਿਚਾ ਰਹੇ ਇਹਨਾਂ ਨੂੰ ਪਹਿਲਾਂ ਫੜੋ, ਇਹਨੂੰ ਸਾਲਿਓ। ਤੁਹਾਨੂੰ ਇਹਨਾਂ ਦੀਆਂ ਕੁਰਬਾਨੀਆਂ ਨਹੀਂ ਦੇਖਦੀਆਂ? ਤੁਹਾਨੂੰ ਇਹਨਾਂ ਦੀਆਂ ਕੁਰਬਾਨੀਆਂ ਨਹੀਂ ਦੇਖਦੀਆਂ? ਇਹ ਮੈਂ ਕਹਿੰਦਾ ਯਾਰ ਮੁੰਡਾ ਮਾੜਾ ਹੈਗਾ, ਮੁੰਡਾ ਠੀਕ ਹੈ ਮਾਡਲਿੰਗ ਕਰ ਰਿਹਾ, ਪਰ ਜਿਹੜੇ ਆ ਮਾਡਲ ਨੇ, ਇੰਸਟਾਗ੍ਰਾਮਰ ਨੇ, ਟਿਕਟੋਕਰ ਨੇ, ਇਹ ਸਾਲੇ ਕਿੱਥੋਂ ਆਏ ਨੇ? ਇਹ ਚੰਨ ਤੋਂ ਆਏ ਨੇ? ਇੱਥੇ ਦੇ ਨੇ? ਪਰ ਨਹੀਂ, ਕੋਈ ਦਿਨ ਤਿਉਹਾਰ 'ਤੇ ਬੋਲ ਪਓ। ਮੈਂ ਕਹਿੰਦਾ ਰੋਜ਼ ਹੀ ਭੈਣ ਮੁੱਦਿਆਂ ਨੂੰ ਲੈ ਕੇ ਬੈਠੇ ਰਹੋ, ਆਪਣਾ ਕੰਮ ਕਾਰ ਵੀ ਕਰੋ, ਇੰਟਰਟੇਨਮੈਂਟ ਵੀ ਕਰੋ, ਪਰ ਕਿਤੇ ਨਾ ਕਿਤੇ ਕੋਈ ਦਿਨ ਤਿਉਹਾਰ 'ਤੇ ਕੋਈ ਮੁੱਦੇ 'ਤੇ ਬੋਲ ਪਓ। ਪਰ ਨਹੀਂ, ਇਹਨਾਂ ਨੂੰ ਸਾਲਿਆਂ ਨੂੰ ਹੋਸ਼ ਹੀ ਨਹੀਂ ਹੈ, ਉਹ ਪਤਾ ਨਹੀਂ ਕਿਹੜੇ ਦੁਨੀਆਂ 'ਤੇ ਰਹਿੰਦੇ ਨੇ, ਉਹ ਤੂੰ ਲੋਕਾਂ ਸਾਡੇ ਨੇ ਭੂਵੇਂ ਚੜ੍ਹਾਏ ਨੇ। ਫੜੋ ਫਿਰ ਫੜੋ ਭੈਣ ਅਤੇ ਜਿਹੜੇ ਇਹਨਾਂ ਨੂੰ ਬੁਲਾਉਂਦੇ ਨੇ ਰੀਵਨ ਕੱਟਣ ਵਾਸਤੇ, ਫੜ ਇਹਨੂੰ, ਇਹਦੀ ਲੱਤਾਂ ਖੋਲ ਸਾਲੇ ਦੀਆਂ, ਉਹਦੇ ਹੀਰੋ ਬਣਾਏ ਨੇ ਫੁੱਦੂਆਂ ਨੇ। ਬਾਕੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਆਪਣੇ ਵੀ ਤਾਂ ਡੌਲਿਆਂ 'ਚ ਤਾਂ ਜਨੀ ਤਾਂ ਜਾਣ ਚਾਹੀਦੀ ਹੈ, ਉਹਨਾਂ ਵੀ ਤਾਂ ਰੱਖਣਾ ਤਾਂ ਪੈਂਦਾ ਨਹੀਂ, ਗਰਾਂ ਦੀਆਂ ਡੌਲਿਆਂ 'ਚ ਜਨੀ ਤਾਂ ਜਾਣ ਚਾਹੀਦੀ ਹੈ। ਬੰਦ ਕਰੋ ਹੱਥ ਜੋੜ ਕੇ, ਮੈਂ ਮੋਦੀ ਸਾਹਿਬ ਤੇ ਗੁਜ਼ਾਰਿਸ਼ ਕਰਤਾ ਹੂੰ।